हेलो, सत श्री अकाल दोस्तों। मैं तुहाडा कुलविंदर मूसापुरिया। अज मैं गल करन जा रहा कंगना रनौत ने जिहड़ा ट्वीट किया। मैं सोचा सी मैं काफ़ी ज़्यादा कंगना रनौत की एज ए एक्टर एक्ट्रेस होने के नाते, क्योंकि उन्होंने चंगीआं फिल्मां कीतीआं, इसलिए मैं बड़ी रिस्पैक्ट करदा सी। खास करके जदों तो मुंबई के अपने सुशांत केस जिहड़ा होया, ये बहुत सारे मतलब इन्हें जिन्हें भी ट्वीट किए उस केस के उत्ते गल्लां बातां कीतीआं, मैं कहा भी चलो इंडस्ट्री दे विच कुछ लोग हैगे ने जिन्हां दी जमीर जागदी है और जिहड़े बोल सकते आ, इंडस्ट्री दे विच कुछ गलत हो रहा उहदे खिलाफ बोल सकते आ, कुछ लोग हैगे आ। पर मैनूं इन्ना नहीं सी पता कि इस मुद्दे दे उत्ते जिहड़ा साडा अंदोलन चल रहा, साडा संघर्ष चल रहा आ, पूरी हिंदुस्तान दे जिहड़े किसान ने वो सरकार तो किदां सरकार उन्हां दे उत्ते जुल्म कर रही है, और उन्हां दी हमदर्दी दे हमदर्दी उन्हां दे नाल करन दी बजाए उल्टा उन्हां नूं कुछ गलत ट्वीट करके कंगना आप तो फांसी चुकी है, और नाल नाल उन्हें अपनी सोच ते अपनी समझ बारे ये क्लीयर कर दिता कि इन्हां दी सोच इत्थे तक ही है। मेरा ख्याल पूरी इंडस्ट्री ने, साडी फिल्म पंजाबी फिल्म इंडस्ट्री ने, पंजाबी कलाकारां ने उन्हूं एक क्लीयर तक कर ही दिता, उन्हूं समझा दिता आ कि पंजाबी जिहड़े अपना हक लैणा जाणदे ने। बट उन्हें इतिहास नहीं पढ़िया, उन्हूं पता नहीं हैगा पंजाबी कौन हुंदे आ। मैं दस देना चाहुंदा कंगना जी, जदों भी कोई बॉलीवुड की फिल्म रिलीज़ हुंदी आ उदों तुहाडे शहरां दे लोग नहीं, साडे पिंडां दे लोग, किसानां दे लोग, किसान जिहड़े आ ਉਹ ਤੁਹਾਡੀਆਂ ਫਿਲਮਾਂ ਦੇਖਣ ਜਾਂਦੇ ਨੇ, ਮਹਿੰਗੀਆਂ ਮਹਿੰਗੀਆਂ ਟਿਕਟਾਂ ਖਰੀਦਣ। ਜਿਹੜੇ ਅਮੀਰ ਲੋਕ ਨੇ, ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹ ਤਾਂ ਫਿਲਮ ਪਤਾ ਨਹੀਂ ਤੁਹਾਡੀ ਦੇਖਦੇ ਆ ਜਾਂ ਨਹੀਂ ਦੇਖਦੇ। ਬਟ ਸਾਡੇ ਪੰਜਾਬ ਵਾਲੇ ਬਹੁਤ ਸਾਰੇ ਲੋਕ ਜਿਹੜੇ ਆ, ਸਾਡੇ ਪੰਜਾਬ ਵਾਲੇ ਉਹਨਾਂ ਨੂੰ ਆਰਟਿਸਟ ਬਣਾਉਂਦੇ ਆ। ਸੋ ਕੰਗਣਾ, ਮੈਨੂੰ ਤਾਂ ਨਾਮ ਵੀ ਲੈਣਾ ਹੁਣ ਚੰਗਾ ਨਹੀਂ ਲੱਗ ਰਿਹਾ ਕੰਗਣਾ ਦਾ, ਕਿਉਂਕਿ ਮੈਂ ਸੁਸ਼ਾਂਤ ਕੇਸ ਜਦੋਂ ਹੋਇਆ ਸੀ ਉਸ ਵੇਲੇ ਇਹਨਾਂ ਦਾ ਇੱਕ ਖੁਦ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਇਆ ਸੀ, ਔਰ ਇਹ ਲਿਖ ਕੇ ਪਾਇਆ ਸੀਗਾ ਕਿ ਪੰਜਾਬ ਦੀ ਹਿੰਦੁਸਤਾਨ ਦੀ ਸ਼ੇਰਨੀ ਕੰਗਣਾ ਰਣੌਤ, ਇਹਦੀ ਸਪੋਰਟ ਕਰੋ। ਬਟ ਅੱਜ ਮੈਨੂੰ ਲੱਗਦਾ ਮੈਨੂੰ ਆਪਣਾ ਜਿਹੜਾ ਵੀਡੀਓ ਆ ਉਹਨੂੰ ਡਿਲੀਟ ਕਰਨਾ ਪੈਣਾ। ਇੰਨੀ ਘਟੀਆ ਕਿਸੇ ਬੰਦੇ ਦੀ ਸੋਚ ਹੋ ਸਕਦੀ ਆ? ਮੈਂ ਹੈਰਾਨ ਹਾਂ। ਸਾਡੇ ਹਿੰਦੁਸਤਾਨ ਦੀ, ਸਾਡੇ ਭਾਰਤ ਦੀ ਇਹ ਸੰਸਕ੍ਰਿਤੀ ਦੇ ਵਿੱਚ ਇਹ ਆਉਂਦਾ ਆ ਵੀ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਬਹੁਤ ਕਰਦੇ ਹਾਂ, ਅਸੀਂ ਆਪਣੇ ਬਜ਼ੁਰਗਾਂ ਦਾ ਆਦਰ ਬਹੁਤ ਕਰਦੇ ਹਾਂ। ਉਹਨਾਂ ਨੂੰ ਇੰਨੀ ਗੱਲ ਕਹਿਣ ਲੱਗਿਆਂ ਕੰਗਣਾ ਨੂੰ ਉਹ ਕਹਿ ਕਿੱਦਾਂ ਗਈ? ਮੈਂ ਹੈਰਾਨ ਹਾਂ ਇਸ ਗੱਲ ਤੋਂ, ਔਰ ਇਹ ਗੱਲ ਚੰਗੀ ਨਹੀਂ ਲੱਗੀ। ਮੈਂ ਤੁਹਾਨੂੰ ਉਹ ਵੀਡੀਓ ਵੀ ਮੈਂ ਤੁਹਾਨੂੰ ਦਿਖਾ ਦਿੰਦਾ, ਸਾਡੀ ਬਜ਼ੁਰਗ ਬੇਬੇ ਜਿਹਦੇ ਲਈ ਕੰਗਣਾ ਨੇ ਇਹੋ ਜਿਹਾ ਬੋਲਿਆ। ਇੱਥੇ ਆਈ ਅਤੇ ਪਾਣੀ ਲਈ ਕਈ ਚੱਕੇ 'ਚ ਮੈਂ ਬੰਨ ਲਊਂਗੀ ਅਤੇ ਉਹ ਲਾ ਕੇ ਵੇਖ ਮੇਰਾ ਪਾਣੀ ਕਿਵੇਂ ਲੱਗਦਾ, ਉਹਦਾ ਕਿਰਸਾਨੀ ਕਿਵੇਂ ਪਾਣੀ ਲੱਗਦੇ। ਬੰਨ ਟੁੱਟੂਗਾ ਤਾਂ ਹੀ ਮੈਂ ਦੱਸੂੰਗੀ, ਜਾਂ ਮਿੱਟੀ ਪਾਊਂਗੀ ਜਾਂ ਖੱਡਾਂ ਹੀ ਬੰਦ ਕਰੂੰਗੀ, ਨਾ ਰਾਤ ਹਨੇਰੀ ਹੁੰਦੀ ਹੈ ਅਤੇ ਉਹ ਜਾਂ ਤਾਂ ਆ ਕੇ ਲਾ ਕੇ ਮੇਰੇ ਨਾਲ ਲੱਗੇ ਕਈ ਫੜ ਕੇ ਕਿ ਕਿੰਨਾ ਔਖਾ ਕਿਰਸਾਨੀ ਦਾ ਕੰਮ। ਜਿਹੜੀ ਨੇ ਫੋਟੋ ਪਾਈ ਆ, ਗੱਲ ਕਰੀ ਆ, ਉਹ ਦਿਹਾੜੀ 'ਤੇ ਜਾਵੇ, ਉਹ ਆ ਜਾਏ, ਅਸੀਂ 1000 ਰੁਪਇਆ ਦੇ ਦਿਆਂਗੇ ਆਥਣ ਨੂੰ। ਦਿਹਾੜੀ 'ਤੇ ਬੈਠੇ ਧਰਨੇ 'ਤੇ ਆ ਕੇ ਸਾਡੇ ਬਰਾਬਰ, ਵੀ ਸਾਡੀ ਭੈਣ ਨੂੰ ਐਡੀ ਗੱਲ ਕਿਉਂ ਆਖੀ? ਮਾਤਾ ਨੇ ਕਿਹਾ ਉਹ ਮੇਰੇ ਨਾਲ ਆ ਕੇ ਨੱਕੇ ਮੋੜ ਕੇ ਦਿਖਾਵੇ, ਕਹੀ ਫੜ ਕੇ ਦਿਖਾਵੇ, ਫਿਰ ਉਹਨਾਂ ਨੂੰ ਉਹਨੂੰ ਪਤਾ ਲੱਗੇ ਕਿਸਾਨ ਕੀ ਚੀਜ਼ ਹੁੰਦੇ ਨੇ। ਸੋ ਕਿਸਾਨ ਜਿਹੜੇ ਆ, ਕਿਸਾਨ ਹੈ ਸਾਡਾ ਅੰਨਦਾਤਾ ਆ, ਉਹ ਕਿਸਾਨ ਹੈਗੇ ਆ ਤਾਂ ਅਸੀਂ ਹੈਗੇ ਹਾਂ, ਔਰ ਇਹ ਅੰਦੋਲਨ ਸਿਖਰਾਂ ਦੇ ਉੱਤੇ ਆ, ਔਰ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬੱਚੇ, ਸਾਡੇ ਵੀਰ, ਸਾਡੇ ਬਜ਼ੁਰਗ 80-80 ਸਾਲਾਂ ਦੇ ਜਿਹੜੇ ਅਪਾਹਜ ਲੋਕ ਨੇ, ਜਿਹੜੇ ਤੁਰ ਨਹੀਂ ਸਕਦੇ, ਔਰ ਉਹ ਉਸ ਅੰਦੋਲਨ ਦੇ ਵਿੱਚ ਉੱਥੇ ਜਾ ਕੇ ਪਹਿਰਾ ਦੇ ਰਹੇ ਆ, ਅਤੇ ਇਹ ਮਹਿੰਗੀਆਂ ਮਹਿੰਗੀਆਂ ਆਪਣੀਆਂ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਬੈਠ ਕੇ ਇੰਟਰਨੈੱਟ ਦੇ ਜ਼ਰੀਏ ਇਹ ਸਾਨੂੰ ਇਹ ਇੱਦਾਂ ਦੀਆਂ ਗੱਲਾਂ ਜਦੋਂ ਬੋਲਦੇ ਆ ਤਾਂ ਦਿਲ ਬੜਾ ਦੁਖਦਾ। ਸੋ ਕੰਗਣਾ ਰਣੌਤ ਨੂੰ ਮੇਰੇ ਵੱਲੋਂ ਵੀ ਬਹੁਤ ਸਾਰੀਆਂ ਲਾਹਨਤਾਂ। ਕੰਗਣਾ, ਤੁਹਾਨੂੰ ਸਾਡਾ ਇਤਿਹਾਸ ਪੜ੍ਹਨਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਪੰਜਾਬੀ ਕੌਣ ਹੁੰਦੇ ਨੇ। ਇਹ
ਸ਼ੇਰਾਂ ਦੀ ਕੌਮ ਆ, ਕਲਗੀ ਧਰ ਦੀ ਸਾਜੀ ਹੋਈ ਕੌਮ ਆ, ਮੇਰੇ ਪਾਤਸ਼ਾਹ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਹੋਈ ਇਹ ਕੌਮ ਆ, ਇਹ ਆਪਣੇ ਹੱਕ ਲੈਣਾ ਜਾਣਦੀ ਆ, ਇਹ ਕਦੇ ਵੀ ਝੁਕੀ ਨਹੀਂ। ਅੱਜ ਤੋਂ ਇਤਿਹਾਸ ਪੜ੍ਹ ਕੇ ਦੇਖੋ, ਇਤਿਹਾਸ ਦੇ ਵਿੱਚ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਆ, ਬਾਰਡਰਾਂ ਦੇ ਉੱਤੇ ਵੀ ਪੰਜਾਬੀ ਜਿਹੜੇ ਆ ਉਹ ਹਿੱਕ ਤਾਣ ਕੇ ਖੜ੍ਹੇ ਆ, ਔਰ ਜਦੋਂ ਵੀ ਦੇਸ਼ ਨੂੰ, ਕੌਮ ਨੂੰ, ਪੂਰੀ ਦੁਨੀਆਂ ਦੇ ਵਿੱਚ, ਸੱਲੇ ਇਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ, ਪੂਰੀ ਦੁਨੀਆਂ ਦੇ ਵਿੱਚ ਜਦੋਂ ਵੀ ਕਿਤੇ ਕੁਦਰਤ ਦੀ ਕਰੂਪਤਾ ਹੁੰਦੀ ਆ ਤਾਂ ਪੰਜਾਬੀ ਜਿਹੜੇ ਆ ਸਭ ਤੋਂ ਪਹਿਲਾਂ ਜਾ ਕੇ ਖੜ੍ਹਦੇ ਆ। ਅਤੇ ਪੰਜਾਬੀਆਂ ਦੇ ਲਈ, ਖਾਸ ਕਰਕੇ ਕਿਸਾਨਾਂ ਦੇ ਲਈ ਇਹੋ ਜਿਹਾ ਸ਼ਬਦ ਸ਼ੋਭਾ ਨਹੀਂ ਦਿੰਦੇ, ਉਹ ਵੀ ਐਡੀ ਵੱਡੀ ਸੈਲੀਬ੍ਰਿਟੀ ਲਈ। ਸੋ ਤੁਹਾਡੇ ਵਿੱਚ ਮੈਨੂੰ ਲੱਗਦਾ ਹੰਕਾਰ ਦਾ ਜਿਹੜਾ ਆ, ਹੰਕਾਰ ਜ਼ਿਆਦਾ ਆ ਗਿਆ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਕੀ ਬੋਲਦੇ ਹੋ। ਸੋ ਤੁਹਾਨੂੰ ਬਹੁਤ ਵੱਡੀ, ਤੁਸੀਂ ਇਹ ਗੁਨਾਹ ਕੀਤਾ ਆ, ਤੁਹਾਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਸਾਰੇ ਪੰਜਾਬੀਆਂ ਤੋਂ, ਔਰ ਉਸ ਬਜ਼ੁਰਗ ਮਾਤਾ ਤੋਂ ਜਿਹੜੇ ਐਡੀ ਵੱਡੀ ਉਮਰ ਦੇ ਵਿੱਚ ਉੱਥੇ ਸੰਘਰਸ਼ ਕਰ ਰਹੇ ਆ, ਆਪਣੇ ਹੱਕਾਂ ਲਈ ਲੜ ਰਹੇ ਆ, ਨਸਲਾਂ ਲਈ ਲੜ ਰਹੇ ਆ ਅਤੇ ਫਸਲਾਂ ਲਈ ਲੜ ਰਹੇ ਆ। ਇੰਡੀਆ ਨਾ ਪੁੱਤਾਂ ਤੁਹਾਨੂੰ ਪਿੰਕਾ ਪਾਉਂਦਾ, ਇੰਡੀਆ ਨਾ ਪੁੱਤਾਂ ਤੁਹਾਨੂੰ ਪਿੰਕਾ।